ਜਿੱਦਾਂ ਕਿ ਤੁਸੀਂ ਦੇਖ ਸਕਦੇ ਵੀ ਸਭ ਤੋਂ ਪਹਿਲਾਂ ਕਿਤੇ ਕੋਡ ਆਫ ਕੰਡਕਟ ਜਿਹੜਾ ਲੱਗਾ ਹੋਇਆ ਉਹਦੇ ਵਿੱਚ ਕਿਸੇ ਵੀ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਕੋਈ ਵੀ ਹੈਗਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਜਿਹੜੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਉਹਦੀਆਂ ਇਨ ਮਿਲ ਪਾਲਣ ਕੀਤੀ ਜਾਏਗੀ ਔਰ ਕਰਾਈ ਜਾਏਗੀ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸਾਡੇ ਏਰੀਏ ਵਿੱਚ ਜਿੱਥੇ ਵੀ ਹੁਣ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਕੋਈ ਹੋ ਸਕਦਾ ਕੋਈ ਹੰਗਾਮਾ ਹੋ ਸਕਦਾ ਅਤੇ ਇਮੀਡੀਏਟਲੀ ਅਸੀਂ ਰਸ਼ ਕਰਕੇ ਇੱਥੇ ਜਿਹੜਾ ਦੋਨਾਂ ਪਾਰਟੀਆਂ ਨੂੰ ਭੇਜ ਕੇ ਅਤੇ ਸਿਚੁਏਸ਼ਨ ਡਿਫਿਊਜ਼ ਕੀਤੀ ਹੈ ਔਰ ਜਿਹੜਾ ਜੇ ਕੋਈ ਕੰਮ ਚੱਲ ਰਿਹਾ ਜਾਂ ਕਿਉਂਕਿ ਜਿੱਦਾਂ ਕਿ ਕੋਡ ਆਫ ਕੰਡਕਟ ਦੇ ਹਦਾਇਤ ਦੇ ਵਿੱਚ ਆ ਵੀ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਚੀਜ਼ ਨੂੰ ਵੀ ਓਨ ਨਹੀਂ ਕਰ ਸਕਦੀ ਹੁਣ ਕਿ ਅਸੀਂ ਕੰਮ ਕਰਾ ਰਹੇ ਜਾਂ ਕੋਈ ਵੀ ਕੰਮ ਕਰਾ ਰਿਹਾ ਸੋ ਜੇ ਇਹ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਉਲੰਘਣਾ ਦੇ ਵਿੱਚ ਆਉਂਦਾ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸਰ ਮੌਕੇ ਤੇ ਜਿਹੜਾ ਕਾਰਪੋਰੇਟਰ ਦੇ ਨੇਤਾ ਵੱਲੋਂ ਵੀ ਤੇ ਧਮਕੀਆਂ ਦੀ ਜਿਹੜੀ ਗੱਲ ਕੀਤੀ ਗਈ ਹੈ ਮੀਡੀਆ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ। ਗੱਲ ਇੱਦਾਂ ਹੈ ਕਿ ਇਹ ਕੰਮ ਅਸੀਂ 2018 ਦੇ ਵਿੱਚ ਆਪਾਂ ਸੀਵਰ ਦਾ ਕੰਮ ਸ਼ੁਰੂ ਕਰਾਇਆ ਸੀ, ਉਹਦੇ ਵਿੱਚ ਆਪਾਂ ਸੀਵਰ ਦੀ ਲਾਈਨ ਪਵਾਈ ਸੀ ਤੇ ਜਿਹਦੇ ਵਿੱਚ ਬੀਟੀ ਬਿੱਲ ਸਾਡਾ ਸੜਕ ਬਣਾਉਣ ਦਾ ਨਾਲ ਸੀ ਜਿਹੜਾ ਆਪਾਂ ਮੰਡੀ ਬੋਰਡ ਨੂੰ ਟ੍ਰਾਂਸਫਰ ਕਰਵਾਇਆ। ਉਹਦੇ ਵਿੱਚ ਕੀ ਹੋਇਆ, ਉਸ ਦੌਰ ਦੇ ਵਿੱਚ ਇਲੈਕਸ਼ਨ ਆ ਗਏ, ਪਹਿਲੇ MP ਦੇ ਇਲੈਕਸ਼ਨ ਆ ਗਏ, ਜਦੋਂ ਜਾਖੜ ਸਾਹਿਬ ਨੇ ਇਲੈਕਸ਼ਨ ਲੜਿਆ ਉਦੋਂ ਕੰਮ ਰਹਿ ਗਿਆ, ਫਿਰ ਆਪਾਂ ਰਿਪੇਅਰ ਕਰਵਾਈ ਤੇ ਬਰਸਾਤ ਕਰਕੇ ਜਦੋਂ ਸੀਵਰ ਪਿਆ ਹੋਇਆ ਉਹਨੂੰ 1 ਸਾਲ 1.5 ਸਾਲ ਰਿਪੇਅਰ ਵਾਸਤੇ ਉਹਨੂੰ ਟਾਈਮ ਦੇਣਾ ਪੈਂਦਾ, ਸੜਕ ਬਹਿੰਦੀ ਹੈ। ਉਸ ਤੋਂ ਬਾਅਦ ਆਪਾਂ 2022 ਦੇ ਵਿੱਚ ਆਪਾਂ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ, ਪੱਲੀ ਸੁਜਾਨਪੁਰ ਰੋਡ ਦੀ ਸੜਕ ਬਣਾਈ ਅਸੀਂ, ਉਦੋਂ ਵੀ ਇਹਨਾਂ ਨੇ ਸਾਰੇ ਲੋਕਾਂ ਕੋਲ ਸੈਨ ਕਰਾ ਕੇ ਉਸ ਕੰਮ ਬੰਦ ਕਰਵਾਉਣ ਦੀ DC ਸਾਹਿਬ ਨੂੰ ਐਪਲੀਕੇਸ਼ਨ ਦਿੱਤੀ। ਉਸੇ ਤਰ੍ਹਾਂ ਅੱਜ ਵੀ ਇਹਨਾਂ ਨੇ ਕੀ ਕੀਤਾ ਕਿ ਇਹ ਕੰਮ ਨੂੰ ਅੱਜ ਸਾਨੂੰ ਚਾਲੂ ਕੀਤੇ ਨੇ, 5-6 ਦਿਨ ਨਾ ਪੂਰੇ ਪਿੰਡ ਨੂੰ ਪਤਾ, ਸਾਡੇ ਵਾਰਡ ਨੂੰ ਪੂਰੇ ਨੂੰ ਪਤਾ ਕਿ ਕੰਮ ਕਿੱਦਾਂ ਹੋ ਰਿਹਾ। ਇਹਨਾਂ ਨੇ ਅੱਜ ਆ ਕੇ ਵਾਹ-ਵਾਹ ਖੱਟਣ ਦੀ, ਜਦ ਕਿ ਇਹਦੇ ਵਿੱਚ ਮਦਦ ਸਾਡੀ ਵਿਕਾਸ ਸੈਣੀ ਨੇ ਕੀਤੀ, ਅਸੀਂ ਉਹਨੇ ਕੋਈ ਕਾਂਗਰਸ BJP ਅਤੇ ਕੋਈ ਆਪ ਨਹੀਂ ਦੇਖੀ, ਉਹਨੇ ਮਦਦ ਕਰਕੇ ਅਤੇ SDO ਮੰਡੀ ਬੋਰਡ ਨੇ ਸਾਡਾ ਸੁਣਾਈ ਕੀਤੀ ਅਤੇ ਸੜਕ ਦਾ ਕੰਮ ਸ਼ੁਰੂ ਕਰਾਇਆ। ਅਤੇ ਅੱਜ ਇਹਨਾਂ ਨੇ ਆ ਕੇ ਮੇਰੇ ਨਾਲ ਹੱਥੋਪਾਈ ਕੀਤੀ, ਮੈਨੂੰ ਗਾਲੀ ਗਲੋਚ ਕੀਤੀ, ਪਲੱਸ ਕੀਰਤੀ ਦਾ ਬੇਟਾ ਜਿਹੜਾ ਆ ਇਹਦੇ ਨਾਲ ਮੁੰਡਾ ਸਕੂਟਰੀ ਚਲਾ ਗਿਆ, ਔਰ ਰਿਕਾਰਡਿੰਗ ਆ ਸਾਡੇ ਕੋਲ, ਲਾਗੇ ਮੁੰਡੇ ਸੀ, ਪ੍ਰੈਸ ਰਿਪੋਰਟਰ ਰਵੀ ਲਾਗੇ ਖੜਾ ਸੀ, ਕਹਿੰਦਾ ਤੈਨੂੰ ਗੋਲੀ ਮਜਣੀ ਹੁਣ, ਮੈਨੂੰ ਕਹਿੰਦਾ ਤੈਨੂੰ ਜਾਨੋਂ ਮਾਰਨ ਦੀ ਮੈਨੂੰ ਧਮਕੀ ਦੇ ਕੇ ਗਿਆ। ਜੇ ਮੇਰੇ ਕੱਲ੍ਹ ਨੂੰ ਮੇਰੇ ਪਰਿਵਾਰ ਨੂੰ, ਮੈਨੂੰ ਜਾਂ ਮੇਰੇ ਕਿਸੇ ਵੀ ਸਾਥੀ ਨੂੰ ਕੁਛ ਵੀ ਆ, ਉਸ ਦੇ ਵਿੱਚ ਇਹਦਾ ਭਰਾ ਬੇਟਾ ਭਭੂਤੀ ਸ਼ਰਮਾ, ਭਭੂਤੀ ਸ਼ਰਮਾ ਅਤੇ ਭਭੂਤੀ ਸ਼ਰਮੇ ਦਾ ਬੇਟਾ ਅਤੇ ਨਾਲ ਜਿਹੜੇ ਇਹਦੇ ਸਾਥੀ ਇੱਥੇ ਆਏ ਹੋਏ ਆ ਉਹਦੇ 'ਤੇ ਹੋਏਗੀ। ਅਤੇ ਮੈਂ ਇੱਕ ਗੱਲ ਹੋਰ ਕਹਿੰਦਾ, ਇਹਨਾਂ ਨੇ ਅੱਗੇ ਵੀ ਜਿਹੜਾ BJP ਦੇ ਵਿੱਚੋਂ ਨਿਕਲ ਗਿਆ ਜਾਂ ਆਪ 'ਚ ਗਿਆ ਦੀਪ ਮਹਿਰਾ, ਇਹਨੇ ਪਹਿਲੇ ਵੀ ਮੇਰੇ 'ਤੇ ਜਾਨਲਾਵਾ ਹਲਮਾ ਕੀਤਾ, ਇਹਦੇ 'ਤੇ 452 ਦਾ ਕੇਸ ਹੈ, ਇਹਨੇ ਅੱਜ ਉਹਦੇ ਡਰ ਦੇ ਨਾਲ ਭਭੂਤੀ ਸ਼ਰਮੇ ਸਪੋਰਟ ਦੇ ਚੱਕਰ ਦੇ ਵਿੱਚ
ਇਹਨੇ ਉਹਨੇ ਮੈਨੂੰ ਫਿਰ ਗਾਲਾਂ ਕੱਢੀਆਂ। ਪਰ ਮੈਂ ਆਪਾਂ ਕੋਈ ਰੰਜਿਸ਼ ਪਾਈ ਨਹੀਂ, ਅਸੀਂ ਡਿਵੈਲਪਮੈਂਟ ਦੀ ਰਾਜਨੀਤੀ ਕਰਨਾ ਚਾਹੁੰਦੇ ਹਾਂ, ਨਾ ਕਿ ਹੱਥੋਂ ਪਾਈ ਦੀ। ਇਹਨਾਂ ਜਦੋਂ ਵੀ ਆਉਂਦੇ ਆ, ਤੁਸੀਂ ਦੇਖੋ ਕੱਲ੍ਹ ਹੀ ਇਹਦਾ ਬੰਦਾ ਫੜੋਇਆ ਸੱਟੇ ਦੇ ਪੈਸੇ ਲੈਂਦੇ, ਉਹ ਭਗਤੀ ਸ਼ਰਮੇ ਦੇ ਟੀਮ ਦਾ ਬੰਦਾ ਸੀ, ਜਦਕਿ ਸਾਰਿਆਂ ਨੂੰ ਪਤਾ। ਅਤੇ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ, ਲੋਕਾਂ ਨੂੰ ਧੱਕੇਬਾਜ਼ੀ ਕਰ ਰਿਹਾ ਅਤੇ ਆਪਣੀ ਬਦਮਾਸ਼ੀ ਦੱਸ ਰਿਹਾ। ਸਰ ਅਸੀਂ ਆਪਣੀ ਫੈਮਿਲੀ ਦੇ ਨਾਲ ਇੱਥੋਂ ਗੁਜ਼ਰ ਰਹੀ ਸੀਗੀ, ਔਰ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਕੌਂਸਲਰ ਨੇ ਹਰਪ੍ਰੀਤ ਕੌਰ ਜੀ, ਅੱਜ ਇਸ ਸੜਕ ਦਾ ਕੰਮ ਕਰਵਾ ਰਹੇ ਸੀਗੇ, ਔਰ ਇਸ ਮੌਕੇ ਤੇ ਪਹੁੰਚ ਕੇ ਕਈ ਦਿਨਾਂ ਤੋਂ ਇਹ ਸੜਕ ਦੇ ਖਸਤਾ ਹਾਲਾਤ ਸੀਗੇ, ਔਰ ਕਿਸੇ ਵੀ ਆਮ ਆਦਮੀ ਪਾਰਟੀ ਦੇ ਚਾਹੇ ਮੰਤਰੀ ਹੋਣ, ਚਾਹੇ ਇੱਥੇ ਹਲਕਾ ਇੰਚਾਰਜ ਹੋਣ, ਸਪੈਸ਼ਲੀ ਵਿਭੂਤੀ ਸ਼ਰਮਾ ਜੀ ਨੇ ਇੱਥੇ ਆ ਕੇ ਇੱਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਮੈਨੂੰ ਇਹਨਾਂ ਵੱਲੋਂ ਦੱਸਿਆ ਗਿਆ, ਔਰ ਇੱਥੇ ਖੜੇ ਹੋ ਕੇ ਉਹਨਾਂ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਵੀ ਇਹਨਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਔਰ ਉਹਨਾਂ ਦੇ ਬੇਟੇ ਵੱਲੋਂ ਵੀ ਅਪਸ਼ਬਦ ਵਰਤੇ ਗਏ ਨੇ ਸਾਡੇ ਕਾਂਗਰਸ ਦੇ ਕੌਂਸਲਰ ਸਾਹਿਬਾਨ ਦੇ ਖਿਲਾਫ਼। ਔਰ ਮੈਂ ਹੈਰਾਨ ਹਾਂ ਕਿ ਇੱਕ ਮਹਿਲਾ ਹੋ ਕੇ ਜੋ ਅੱਜ ਸਮਾਜ ਦੇ ਲਈ ਇੰਨੀ ਸੇਵਾ ਕਰ ਰਹੇ ਨੇ, ਅੱਜ ਸਿਰਫ਼ ਔਰ ਸਿਰਫ਼ ਆਮ ਆਦਮੀ ਪਾਰਟੀ ਆਪਣੀ ਵਾਹਵਾਹੀ ਖੱਟਣ ਵਾਸਤੇ ਅੱਜ ਇੱਥੋਂ ਤੱਕ ਗਿਰ ਚੁੱਕੀ ਹੈ ਕਿ ਅੱਜ ਸਿਰਫ਼ ਔਰ ਸਿਰਫ਼ ਉਦਘਾਟਨ ਕਰਨ ਲਈ ਇੱਥੇ ਆਉਣਾ ਚਾਹੇ ਤਾਂ ਕਿ ਆਪਣੀ ਹਾਈ ਕਮਾਂਡ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਹ ਦੱਸ ਸਕਣ ਕਿ ਪਠਾਨਕੋਟ ਦੇ ਵਿੱਚ ਅਸੀਂ ਕੰਮ ਕਰਵਾ ਰਹੇ, ਜਦਕਿ ਕੋਈ ਕੰਮ ਨਹੀਂ ਹੈ ਕਰਵਾ ਰਹੇ, ਘਰ ਬੈਠੇ ਨੇ, ਵਰਕਰ ਵੀ ਇਹਨਾਂ ਦੇ ਆਪਸ ਦੇ ਵਿੱਚ ਛੱਡ ਕੇ ਜਾ ਰਹੇ ਨੇ, ਕੋਈ ਇਹਨਾਂ ਦਾ ਵਰਕਰ ਇਹਨਾਂ ਦਾ ਸਾਥ ਦੇ ਕੇ ਰਾਜ਼ੀ ਨਹੀਂ ਹੈ, ਪੁਰਾਣੇ ਆਮ ਆਦਮੀ ਪਾਰਟੀ ਦੇ ਵਰਕਰ ਇਹਨਾਂ ਨਾਲ ਤੱਕ ਨਹੀਂ ਲੱਭਦੇ, ਔਰ ਇੱਦਾਂ ਦੀ ਧੱਕੇਸ਼ਾਹੀ ਜੇ ਸਾਡੀ ਮਹਿਲਾ ਕਾਂਗਰਸ ਦੇ ਔਰ ਸਾਡੇ ਵਰਕਰਸ ਦੇ ਨਾਲ ਖਾਸ ਤੌਰ 'ਤੇ ਕੌਂਸਲਰ ਸਾਹਿਬਾਨ ਨਾਲ ਇੱਦਾਂ ਹੋਏਗਾ, ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਔਰ ਮੈਂ ਪੰਜਾਬ ਕਾਂਗਰਸ ਪ੍ਰਵਕਤਾ ਹੋਣ ਦੇ ਨਾਤੇ ਇਸ ਦੀ ਕੜੀ ਨਿੰਦਾ ਕਰਦੀ ਹਾਂ, ਔਰ ਇਸ ਚੀਜ਼ ਦੀ ਖਬਰ ਮੈਂ ਆਪਣੇ ਹਾਈਕਮਾਂਡ ਰਾਜਾ ਵੜਿੰਗ ਜੀ ਨੂੰ ਵੀ ਦੱਸਾਂਗੀ ਕਿ ਅੱਜ ਆਮ ਆਦਮੀ ਪਾਰਟੀ ਇਸ ਹੱਦ ਤੱਕ ਉਤਰ ਚੁੱਕੀ ਹੈ ਕਿ ਕ੍ਰੈਡਿਟ ਲੈਣ ਵਾਸਤੇ ਇੱਥੇ ਵਾਹਵਾਹੀ ਖੱਟਣ ਵਾਸਤੇ ਇੱਥੇ ਉਦਘਾਟਨ ਕਰਾਉਣ ਦੇ ਮੌਕੇ ਤੇ ਕਾਂਗਰਸੀਆਂ ਦੇ ਕੰਮ ਦੇ ਵਿੱਚ ਅੜਚਨ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਲੋੜ ਪੈ ਗਈ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਇਹਨਾਂ ਨੂੰ ਜਿਹੜੇ ਆਪਣੇ ਇੱਥੇ ਉਦਘਾਟਨ ਕਰਨ ਦੀ ਨੌਬਤ ਆ ਗਈ ਹੈ ਤੇ ਆਪਣਾ ਜਿਹੜਾ ਇਹ ਕ੍ਰੈਡਿਟ ਲੈਣ ਦੀ ਲੜਾਈ? ਦੇਖੋ ਤੁਸੀਂ ਜਾਣਦੇ ਹੋ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਸਪੈਸ਼ਲੀ ਪਠਾਨਕੋਟ ਦੀ ਜੇ ਮੈਂ ਗੱਲ ਕਰਾਂ, ਕਾਰਪੋਰੇਸ਼ਨ ਨੂੰ ਕਿਸੇ ਵੀ ਪੂਰੇ ਢੰਗ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਇਨਫੈਕਟ ਹਰ ਚੀਜ਼ ਦੇ ਵਿੱਚ ਅੜਚਨਾ ਪਾਈਆਂ ਜਾ ਰਹੀਆਂ ਨੇ। ਕੋਈ ਵੀ ਇੱਥੇ ਟੈਂਡਰ ਪਾਸ ਹੁੰਦਾ, ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਚਾਹੇ ਹਲਕਾ ਇੰਚਾਰਜ ਹੋਣ, ਹਰ ਕੰਮ ਦੇ ਵਿੱਚ ਅੜਿੱਗਾ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ। ਪਰ ਮੈਂ ਇਹਨਾਂ ਨੂੰ ਸਲਾਮ ਕਰਦੀ ਹਾਂ ਇਹਨਾਂ ਦੇ ਕੰਮ ਨੂੰ ਕਿ ਅੱਜ ਕੜੀ ਮੁਸ਼ਕਤ, ਲਗਾਤਾਰ ਮੁਸ਼ਕਤ ਕਰਨ ਦੇ ਬਾਵਜੂਦ ਅੱਜ ਇੱਥੋਂ ਤੱਕ ਪਹੁੰਚੇ ਕਿ ਅੱਜ ਸੜਕ ਦਾ ਕੰਮ ਲੱਗਿਆ, ਸਰਕਾਰ ਆਮ ਆਦਮੀ ਪਾਰਟੀ ਦੀ ਔਰ ਕੰਮ ਕਾਂਗਰਸ ਦੇ ਸਾਡੇ ਵਰਕਰ ਕਰਵਾ ਰਹੇ ਵੀ 2019 ਦੇ, ਔਰ ਇਹ ਪੈਸੇ ਇਹ ਜਿਹੜਾ ਫੰਡ ਐਲੋਕੇਟ ਹੋਏ ਨੇ ਔਰ ਇਹ 2019 ਦੇ ਐਲੋਕੇਟ ਹੋਏ ਨੇ, ਔਰ ਅੱਜ ਇੰਨੀਆਂ ਅੜਚਨਾ ਪਾਉਣ ਦੇ ਬਾਵਜੂਦ ਵੀ ਸਾਡੀ ਮਹਿਲਾ ਕੌਂਸਲਰ ਨੇ ਇੰਨੀ ਮੁਸ਼ਕਤ ਨਾਲ ਅੱਜ ਕੰਮ ਸ਼ੁਰੂ ਕਰਵਾਇਆ, ਸੋ ਮੈਨੂੰ ਲੱਗਦਾ ਇਹ ਬਹੁਤ ਵੱਡੀ ਗੱਲ ਹੈ। ਪੰਜਾਬ ਸਰਕਾਰ ਸੜਕ ਬਣਾ ਰਹੀ ਹੈ, ਇਹ ਬੰਦਾ ਜਿਹੜਾ ਇਹ ਠੇਕੇਦਾਰੀ ਕਰਦਾ ਪਿਆ, ਠੇਕੇਦਾਰੀ ਕਰਦਾ ਕਰਦਾ ਰਹੇ, ਲੋਕਾਂ ਨੂੰ ਜਦੋਂ ਇਹ ਗੱਲ ਕਹਿੰਦਾ ਉੱਥੇ ਜਾ ਕੇ ਜੀ ਮੈਂ ਸੜਕ ਬਣਾ ਰਿਹਾ, ਮੈਂ ਕੋਲੋਂ ਸੜਕ ਬਣਾ ਰਿਹਾ, ਇਹਨੂੰ ਕੋਈ ਪੁੱਛੇ ਵੀ ਤੂੰ ਤੂੰ ਆਪਣੇ ਕੋਈ ਖਾਤੇ 'ਚ ਪੈਸੇ ਕਢਾਇਆ ਤੇ ਇੱਥੇ ਸੜਕ ਬਣਾ ਰਿਹਾ? ਸਰਕਾਰ ਦਾ ਕੰਮ ਹੈ, ਮੰਡੀ ਬੋਰਡ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਹੈ, ਔਰ ਪੰਜਾਬ ਸਰਕਾਰ ਕੰਮ ਕਰਾਇਆ ਕਰਦੀ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਅਤੇ ਇਹ ਐਵੇਂ ਆ ਕੇ ਕਦੀ ਕਹਿੰਦਾ 2019 ਦਾ ਆ ਗਿਆ ਜੀ, 20 ਦਾ ਆ ਗਿਆ, ਫਲਾਣਾ ਇਹ, ਮਤਲਬ ਇਹਨੇ ਬੜੀ ਖੱਪ ਆਈ ਔਰ ਗਾਲਾਂ ਕੱਢੀਆਂ ਸ਼ੁਰੂ ਕਰਤੀਆਂ। ਮੈਂ ਫਿਰ ਹਾਥੀ ਜੋੜੇ ਇਹਨਾਂ ਦੇ ਅੱਗੇ, ਮੈਂ ਕਿਹਾ ਯਾਰ ਅਸੀਂ, ਕਿਉਂਕਿ ਅਸੀਂ ਹੈਗੇ ਹਾਂ ਇੱਕ ਅੱਛੇ ਨਾਗਰਿਕ, ਅਸੀਂ ਲੜਨਾ ਚਾਹੁੰਦੇ ਹੀ ਨਹੀਂ, ਸਾਡੀ ਜਿਹੜੀ ਆਮ ਆਦਮੀ ਪਾਰਟੀ ਆ, ਅਸੀਂ ਕਦੀ ਸਾਡੀ ਪਾਰਟੀ ਦਾ ਤੁਸੀਂ ਦੇਖਿਆ ਕੋਈ ਸਾਡੇ ਕਿਸੇ ਅੱਜ ਦਿਨ ਤੱਕ ਕਿਸੇ ਕਾਰਜਕਰਤਾ ਨੇ ਕੋਈ ਫਾਲਤੂ ਉੱਚੀ ਬੋਲਦੇ ਹੀ ਨਹੀਂ। ਅਸੀਂ ਤਾਂ ਸਗੋਂ ਲੋਕਾਂ ਨਾਲ ਪਿਆਰ ਪਾਉਣ ਵਾਸਤੇ ਆਏ ਦੇ ਹਾਂ, ਅਸੀਂ ਕੋਈ ਲੜਨ ਝਗੜਨ ਲਈ ਥੋੜ੍ਹੀ ਆਏ ਹਾਂ। ਤੋ ਇਹਨੇ ਖੱਪਾਣੀ ਸ਼ੁਰੂ ਕਰਤੀ, ਔਰ ਜਦੋਂ ਇੱਥੇ ਬੜੀ ਖੱਪ ਖੁੱਪ ਪਈ ਹੈ,
ਤੇ ਮੈਂ ਫੋਨ ਕੀਤਾ ਦੋ ਆਪਣੇ ਐਸ ਐਚ ਓ ਇੱਕ ਨੰਬਰ ਡਿਵੀਜ਼ਨ ਉੱਥੇ ਆ ਗਏ, ਉਹਨਾਂ ਨੇ ਕਿਹਾ ਭਾਅ ਜੀ ਤੁਸੀਂ ਜਾਓ। ਅਸੀਂ ਉੱਥੋਂ ਆ ਗਏ, ਬਸ ਇੰਨੀ ਗੱਲ ਹੋਈ ਆ। ਉੱਥੇ ਇਹਨੇ ਰੌਲਾ ਪਾਉਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਮੈਂ ਸੁਣਿਆ ਹੁਣ ਵੀ ਬਿੱਜ ਬੁੱਜ ਨੂੰ ਬੁਲਾ ਲਿਆ, ਫਿਰ ਕੋਈ ਟੀਨਾ ਚੌਧਰੀ ਪਤਾ ਨਹੀਂ ਕੌਣ ਕੌਣ ਇਹਨੇ ਆਪਣੇ ਬੰਦੇ ਸੱਦ ਲਏ। ਜੇ ਅਸੀਂ ਲੜਾਈ ਕਰਨੀ ਹੁੰਦੀ ਤਾਂ ਕਿਆ ਮੇਰੇ ਪਾਰਟੀ ਇੱਥੇ ਨਹੀਂ ਹੈਗੀ? ਮੇਰੀ ਆਮ ਆਦਮੀ ਪਾਰਟੀ ਦੇ ਕੋਲ ਵਰਕਰ ਨਹੀਂ ਹੈਗਾ ਜਾਂ ਮੇਰੀ ਆਮ ਆਦਮੀ ਪਾਰਟੀ ਕੋਲ ਲੀਡਰ ਨਹੀਂ ਹੈਗੇ? ਮੈਂ ਵੀ ਸਾਰੇ ਆਪਣੇ ਇੱਥੇ ਲੀਡਰ ਇਕੱਠੇ ਕਰ ਲੈਂਦਾ, ਮਹਿਲਾ ਲੀਡਰ ਇਕੱਠੀ ਕਰ ਲੈਂਦਾ, ਯੁਵਾ ਸਾਡੇ ਚਿਹਰੇ ਹੈਗੇ ਇੰਨੇ ਤਕੜੇ ਮੁੰਡੇ ਆ, ਅਸੀਂ ਸਾਰੇ ਇੱਥੇ ਇਕੱਠੇ ਕਰਨਾ। ਪਰ ਅਸੀਂ ਲੜਾਈ ਥੋੜ੍ਹੀ ਕਰਾਂਗੇ, ਪਠਾਨਕੋਟ ਨੂੰ ਕੋਈ ਲੜਾਈ ਦਾ ਅਖਾੜਾ ਥੋੜ੍ਹੀ ਬਣਾਉਣਾ ਜੀ। ਅਸੀਂ ਤਾਂ ਸਿਰਫ ਇਹ ਹੈ ਵੀ ਚਲੋ ਉਹਨੂੰ ਇਹ ਗੱਲ ਕਹੀਏ ਵੀ ਯਾਰ ਜੇ ਸੜਕ ਬਣਾਉਣ ਲੱਗਾ ਤਾਂ ਵਧੀਆ ਔਰ ਅੱਛੇ ਤਰੀਕੇ ਨਾਲ ਬਣਾਈ, ਕਿਉਂਕਿ ਇਹ ਮੈਨੂੰ ਖਤਰਾ ਆ ਕਿ ਇਸ ਇਹਨੇ ਠੇਕਾ ਲਏਦਾ ਇੱਥੇ, ਇਹ ਪੈਟੀ ਠੇਕੇਦਾਰ ਬਣਿਆ ਕਿ ਠੇਕਾ ਕਿਸੇ ਹੋਰ ਕਰਿਆ, ਇਹ ਪੈਟੀ ਠੇਕੇਦਾਰ ਬਣਿਆ। ਮੈਨੂੰ ਇਹ ਸੀਗਾ ਕਿ ਇਸ ਬੰਦੇ ਨੇ ਕੰਮ ਜਿਹੜਾ ਬੜਾ ਘਟੀਆ ਕਰਨਾ, ਪਿੱਛੇ ਜੀ ਵੀ ਇਹਦਾ ਖੱਪ ਪਈ ਹੈ ਇੱਥੇ, ਕਹਿੰਦੇ ਸਾਰੇ ਉੱਥੇ ਆਪਣੇ ਖਾਨਪੁਰ ਦੀ ਮਿੱਟੀ ਵੇਚ ਛੱਡੀ। ਮੇਰੀ ਸੁਣੋ ਗੱਲ, ਮੇਰਾ ਬੇਟਾ ਤਾਂ ਉੱਥੇ ਆਈ ਨਹੀਂ, ਇਹ ਇਸ ਗੱਲ ਦਾ ਤਾਂ ਐਸ ਐਚ ਓ ਦਵਿੰਦਰ ਪ੍ਰਕਾਸ਼ ਜਿਹੜੇ ਇੱਕ ਨੰਬਰ ਡਿਵੀਜ਼ਨ ਦੇ ਹੈਗੇ ਨਾ, ਉਹਨਾਂ ਕੋਲ ਗਵਾਹ ਨੇ। ਜਿਸਲੇ ਉੱਥੇ ਆਏ ਉਹਨਾਂ ਨੂੰ ਪੁੱਛ ਲਓ ਵੀ ਮੇਰਾ ਬੇਟਾ ਉੱਥੇ ਆਇਆ ਸੀ, ਮੇਰਾ ਬੇਟਾ ਤਾਂ ਕਿੰਨਾ ਦਾ ਨੌਕਰੀ ਕਰਦਾ, ਉਹ ਆਪਣੀ ਨੌਕਰੀ 'ਤੇ ਹੈਗਾ। ਇਹ ਤਾਂ ਇੱਕ ਮਤਲਬ ਡਰਾਮੇਬਾਜ਼ੀ ਹੈ ਨਾ, ਬੇਟਾ ਕਿੱਥੋਂ ਆ ਗਿਆ? ਬੇਟਾ ਨਾ ਅੱਜ ਤੱਕ ਕਿਸੇ ਮੇਰੇ ਕੰਮ 'ਚ, ਨਾ ਕਿਸੇ ਰਾਜਨੀਤੀ 'ਚ, ਅਤੇ ਮਤਲਬ ਉਹ ਇੱਕ ਜਾਣ ਕੇ ਉਹ ਕਿਸੇ ਨੇ ਦੱਸਿਆ ਹੋਣਾ ਨਾ ਜੀ, ਸਲਾਹਕਾਰ ਬੜੇ ਨੇ, ਕਿਸੇ ਨੇ ਸਲਾਹ ਦਿੱਤੀ ਹੋਣੀ ਹੈ ਵੀ ਇਹਦਾ ਨਾਂ ਲਓਗੇ, ਵੀ ਇਹਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਤਾਂ ਇਹ ਗੱਲ ਕਿਸੇ ਨੇ ਮੰਨੀ ਨਹੀਂ, ਅਤੇ ਇਸ ਕਰਕੇ ਉਹਨੇ ਬੇਟਾ ਵਿੱਚ ਉਹ ਕਰਤਾ। ਉੱਥੇ ਐਸ ਐਚ ਓ ਖੜਾ ਆ, ਇੱਕ ਨੰਬਰ ਡਿਵੀਜ਼ਨ ਦੇ ਐਸ ਐਚ ਓ ਦਵਿੰਦਰ ਪ੍ਰਕਾਸ਼ ਮੌਕੇ 'ਤੇ ਖੜੇ ਆ, ਪੁਲਿਸ ਮੌਕੇ 'ਤੇ ਖੜੀ ਆ, ਦਿਖਾ ਦੇਣ ਵੀ ਮੇਰਾ ਬੇਟਾ ਕਿੱਥੇ ਆਇਆ ਅਤੇ ਕਦੋਂ ਉਹਨੇ ਜਾਨੋਂ ਮਾਰੇ। ਸਾਰਿਆਂ ਕੋਲ ਉੱਥੇ ਮੋਬਾਈਲ ਸੀਗੇ, ਹਰ ਬੰਦੇ ਨੇ ਰਿਕਾਰਡਿੰਗ ਕੀਤੀ ਆ ਉੱਥੇ, ਹਰ ਬੰਦਾ ਜਿਹੜਾ ਉੱਥੇ, ਕਿਉਂਕਿ ਅੱਜ ਕੱਲ੍ਹ ਮੋਬਾਈਲ ਦਾ ਜ਼ਮਾਨਾ, ਸਾਰੇ ਕੋਲ ਮੋਬਾਈਲ ਹੈਗੇ ਨੇ, ਹਰ ਬੰਦਾ ਰਿਕਾਰਡਿੰਗ ਕਰਿਆ ਕਰਦਾ ਸੀ। ਇੱਕ ਵੀ ਕੋਈ ਲਫ਼ਜ਼ ਮੇਰੇ ਬੇਟੇ ਦੇ ਮੂੰਹੋਂ ਨਿਕਲਿਆ ਜਾਓ ਉੱਥੇ ਮੇਰਾ ਬੇਟਾ ਹੋਏਗਾ ਅਤੇ ਮੈਂ ਤਾਂ ਰਾਜਨੀਤੀ ਛੱਡਣ ਵਾਲਾ ਬੰਦਾ ਹਾਂ। ਇੱਦਾਂ ਮਤਲਬ ਇਹ ਐਵੇਂ ਝੂਠੇ, ਕਿਉਂਕਿ ਇਹ ਬੇਸਿਕਲੀ ਇਹ ਬੰਦਾ ਬਦਮਾਸ਼ ਆ ਆਪਣਾ ਜਿਹੜਾ ਬਾਲੀਆ ਹੈਗਾ, ਇਹ ਪਹਿਲਾਂ ਵੀ ਬੜੀ ਵਾਰੀ ਇਹਨੇ ਲੜਾਈਆਂ ਲੜੀਆਂ, ਔਰ ਇਹ ਮਤਲਬ ਕੋਈ ਅੱਛਾ ਉਹ ਨਹੀਂ ਆ, ਇਨਸਾਨ ਨਹੀਂ ਹੈਗਾ, ਅਤੇ ਇਸ ਕਰਕੇ ਮੈਂ ਇਹੋ ਜਿਹੇ ਬੰਦਿਆਂ ਦੇ ਮੂੰਹ ਨਹੀਂ ਲੱਗਣਾ ਚਾਹੁੰਦਾ।